حکومت تھانے کولو اناج منڈی کونا جا رہی ہے حکومت نام جی جنے اپنی بیٹی کو نہیں لانی میں گرو نام جہا جائے کڑے سوترے جو شاہدہ کر سیو دے گرپار سادر نام ਜਿਹਨੇ ਵੀ ਸੰਤ ਨੇ ਤੁਹਾਡੇ ਵਿੱਚ ਹੀ ਬੈਠੇ ਨੇ ਬੋਲੋ ਜੀ ਸਤਨਾਮ ਸ਼੍ਰੀ ਇੱਕ ਤੁਹਾਨੂੰ ਭਲੇਖਾ ਹੈ ਮਹਾਂਪੁਰਸ਼ਾਂ ਦਾ ਜੀਵਨ ਪੜ੍ਹ ਲਓ ਸੰਤ ਬਾਬਾ ਸੀਸਾ ਸਿੰਘ ਹਜੂਰ ਸਵਾਲ ਮਿਸਤੀ ਸੀ ਬੋਲੋ ਜੀ ਸਤਨਾਮ ਸ਼੍ਰੀ ਗਰੀਬ ਮੈਂ ਸੋਈ ਨਰਵਾਣ ਚਾਹੁੰਦਾ ਨਾ ਮੈਂ ਜਪੈ ਕੋ ਨਾਮ ਤੁਸੀਂ ਜਿੱਤੇ ਹੋਏ ਹੋ ਸਰਕਾਰਾਂ ਹਾਰੀਆਂ ਹੋ ਜਾਣ ਕਿਹੜੇ ਹੱਥ ਕੰਡੇ ਬੀਜ ਰਹੇ ਨੇ ਇੰਨੀ ਗੱਲ ਨਹੀਂ ਆਉਂਦੀ ਇਹ ਜਿਹੜੀ ਤੁਹਾਡੀ ਤੁਰਕੀ ਬਾਣੀਆਂ ਚ ਨਹੀਂ ਸਰਲ ਚਿੱਤ ਮਟਾਈ آپ سہائی ہوا سچے کا سچا ٹوا سخی بس ہے مسکینی آپ نمار سفر ہے ادھر جاو ادھر بولیاں بھی نے انہوں کو سب کچھ ہے تھی کھا لیا تھا تھوڑے سے بابے نانک کا کہ بابے نانک نے بھی انہیں چٹکیاں پہ آئی ہیں اور جب گرو جی نے ماں والے نانک سے بیٹھے کشمیر میں پتہ نہ کہ یار کشمیر کے دھرم جڑا خطرے چ دل کو جھنجھوڑا یہ جڑا سچ ہے نا جب پنجویں پاتشاہ نے پہلا پرکاش کیتا بابا بڈھا جی ਤੇ ਮਹਾਰਾਜ ਜੀ ਸੰਤਾਂ ਦੇ ਕਾਰਜ ਆਪ ਖਦਵਾ ਹਰ ਕੰਮ ਕਰਾਵਣ ਆਇਆ ਰਾਮ ਤੁਹਾਡੇ ਅੰਦਰ ਕੀਰਤ ਕਰਨਾ ਨਾਮ ਜਪਣਾ ਵੰਡ ਕੇ ਛਕਣਾ ਸਾਡੇ ਵੀਰ ਨੇ ਉਹ ਵੀ ਸਾਡੇ ਵੀਰ ਨੇ ਕਿ ਕਹਿੰਦੇ ਬਾਬਾ ਜੀ ਤੁਸੀਂ ਇਹਨਾਂ ਨੂੰ ਵੀ ਪ੍ਰਸ਼ਾਦਾ ਛਕਾਈਏ ਦੇਖੋ ਆਉਣ ਨੇ ਹਮ ਨੇ ਚੰਗੇ ਬੁਰਾ ਨਹੀਂ ਕੋਈ ਉਹ ਵੀ ਆਪਣੇ ਨੇ ਇਹੀ ਨਾ ਆਪਾਂ ਨੂੰ ਸਿਖਾਇਆ ਤੇ ਔਰੰਗਜ਼ੇਬ ਨੂੰ ਮਹਾਰਾਜ ਨੇ ਗੋਲੀ ਨਾਲ ਥੋੜਾ ਮਾਰਿਆ ਸੀ ਜਫਰਨਾਮਾ ਲਿਖਿਆ ਸੀ ਪੜ੍ਹ ਕੇ ਜੀਰ ਜਾਨ ਨਿਕਲ ਗਈ ਇਹ ਪਮੋਤੀ ਕੋਈ ਬੰਦਾ ਥੋੜਾ ਹੋਇਆ ਮੋਤੀ ਜਿਹੜਾ ਪਹਿਲਵਾਨ ਇੱਕ ਬੰਦਾ ਹੈ ਜਿਹਨੇ ਕੁਸ਼ਤੀ ਚ ਮੁੜ ਕੇ ਨਹੀਂ ਜਾਂਦਾ ਮੈਦਾਨ ਦੇ ਵਿੱਚ ਅਰੇ ਵਾ ਸ਼ਰਮ ਧਰਮ ਦੇ ਛੁੱਟ ਖਲੋਏ ਕੂੜ ਹੋਇਆ ਪ੍ਰਧਾਨ ਵੀ ਲਾ ਲੋ ਸ਼ਰਮ ਧਰਮ ਦਾ ਡੇੜਾ ਦੂਰ ਨਾਨਕ ਕੂੜ ਰਿਹਾ ਪਰ ਫਿਰ ਤੋ ਸਾਧ ਸੰਗਤ ਜੀ ਰਿਸ਼ਵਤ ਖੋਰੀ ਨਾਲ ਹਰ ਕੰਮ ਚੱਲੇਗਾ ਤੇ ਮੰਨਦੀ ਨਾ ਸਰਕਾਰ ਘਰ ਦੀਆਂ ਤੰਗੀਆਂ ਤੋਂ ਜਾਣਾ ਪੈਂਦਾ ਬਾਹਰ ਆਪਣੇ ਬੱਚੇ ਦੇਖੋ ਮੈਂ ਇਹ ਵੀ ਤੁਹਾਨੂੰ ਕਹਾਂਗਾ ਨੌਜਵਾਨਾਂ ਨੂੰ ਦੇਖੋ ਇਹ ਸਾਡੇ ਅੱਖਰ ਦਾ ਇਹ ਹੈ ਵੀ ਆਪਣੇ ਲੋਕ ਦੂਜੇ ਸੂਬੇ ਨੂੰ ਆਪਾਂ ਨੂੰ ਐਮਐਸਪੀ ਮਿਲਦੀ ਕਰਕੇ ਆਪਣਾ ਮਤਲਬ ਦੇਖ ਆਪਣੇ ਲੋਕਾਂ ਦੀ ਆਰਥਿਕਤਾ ਸੌਖੀ ਹੈ ਪਰ ਇਸ ਕੌਮ ਨੂੰ ਜੇ ਗੁਲਾਮ ਕਰਨਾ ਉਹ ਕਹਿੰਦੇ ਆ ਦੋ ਤਿੰਨ ਚੀਜ਼ਾਂ ਦੇ ਕਬਜ਼ਾ ਕਰ ਲਓ ਉਹ ਭਰਾਵੋ ਸਾਰੀ ਤਿਆਰੀ ਹੈ ਇਸ ਲਈ ਜਿਹੜਾ ਮੋਦੀ ਨੇ ਰਾਹ ਫੜਿਆ ਕਿਸਾਨਾਂ ਦਾ ਜ਼ਬਰਦਸਤੀ